बनवारिया बनवारिया कृपा कर बनवारिया 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 कृपा कर बनवारिया कह नान दिवे बाजों
क्या करे बनवारिया कृपा कर ਕਰਦੇ ਰਹਿੰਦੇ ਤੇਰੇ ਤੋਂ ਸਾਡੀ ਲਿਵ ਦੂਰ ਨਾ ਹੋਵੇ ਜੁੜੀ ਰਵੇ ਨਾ ਵਿਸਰੀ ਨਾ ਵਿਸਰੀ ਨਾ ਭੁੱਲੀ ਉਹ ਫਿਰ ਜਿਹੜੀ ਬਾਣੀ ਪੜ੍ਹਦੇ ਉਹਦੇ ਨਾਲ ਅੰਮ੍ਰਿਤ ਪਾਣੀ ਪਾਣੀ ਨਹੀਂ ਦਿੰਦਾ ਪਾਣੀ ਫਿਰ ਆਬੇ ਹਯਾਤ ਬਣ ਜਾਂਦਾ ਹੈ ਇਹੀ ਪਾਣੀ ਸੀ ਜਿਹਦੇ ਤੇ ਸਤਿਗੁਰਾਂ ਨੇ ਬਾਣੀ ਪੜ੍ਹੀ ਤੇ ਫਿਰ ਚਿੜੀ ਨੇ ਥੋੜੀ ਜਿਹੀ ਬਸ ਘੁੱਟ ਭਰੀ ਤੇ ਬਾਜਾਂ ਦੇ ਖੰਭੀ ਖਲਾਰ ਕੇ ਰੱਖ ਦਿੱਤੇ ਬੰਦਾ ਹੈ ਬਸ ਬੰਦਾ ਅੰਮ੍ਰਿਤ ਛਕ ਲੈਂਦਾ ਹੈ ਸਵਾ ਕੁ ਮਹੀਨਾ ਰੱਖਦਾ ਨਹੀਂ ਜੀ ਵੱਡੀ ਕਿਰਪਾਨ ਕਹਿੰਦੇ ਸਵਾ ਕੁ ਮਹੀਨਾ ਰੱਖਣੀ ਚਾਹੀਦੀ ਬਾਅਦ 'ਚ ਫਿਰ ਲਾ ਕੇ ਟੰਗ ਦੇ ਸਾਡੇ ਘਰੇ ਜੀ ਇਹ ਲੋਕਾਂ ਦਾ ਬਸ ਆਪਦਾ ਹੀ ਤਰੀਕਾ ਜਿਹਾ ਬਣ ਗਿਆ ਲੋਕਾਂ ਦਾ ਅਸੀਂ ਜਿਵੇਂ ਦੁਨੀਆਦਾਰੀ ਵਿੱਚ ਕਰਦੇ ਹਾਂ ਅਸੀਂ ਇਵੇਂ ਸਤਿਗੁਰਾਂ ਨਾਲ ਵੀ ਵਰਤਾਵਾ ਸ਼ੁਰੂ ਕਰ ਦਿੱਤਾ ਇੱਕ ਦੇ ਘਰੇ ਗਏ ਉਹ ਕਹਿੰਦੇ ਜੀ ਅਸੀਂ ਵਿਆਹ ਕਰਨਾ ਕੁੜੀ ਦਾ ਤੇ ਪਰ ਅਸੀਂ ਪਹਿਲਾਂ ਹੀ ਨਾ ਬਾਬਾ ਜੀ ਪਾਠ ਕਰਾ ਲੈਣਾ ਵੀ ਸਵਾ ਕੁ ਮਹੀਨੇ ਤਾਂ ਘਰ ਵਿੱਚ ਸੁਚਮਤਾ ਰਹੇ ਨਾ ਮੈਂ ਵੀ ਸਵਾ ਮਹੀਨਾ ਸੁਚਮਤਾ ਇਹਦਾ ਕੀ ਮਤਲਬ ਕਹਿੰਦੇ ਫਿਰ ਕੁੜੀ ਦਾ ਵਿਆਹ ਕਰਨਾ ਫਿਰ ਮੀਟ ਆਂਡਾ ਮੱਛੀ ਵੀ ਸਭ ਕੁਝ ਚੱਲਣਾ ਤੇ ਸਵਾ ਕੁ ਮਹੀਨਾ ਤਾਂ ਗੈਬ ਚਾਹੀਦਾ ਵੀ ਸਵਾ ਕੁ ਮਹੀਨਾ ਘਰ ਵਿੱਚ ਸੁਚਮਤਾ ਰਹੇ ਇਹ ਵੇਖ ਲਓ ਲੋਕਾਂ ਦਾ ਕਿਹੋ ਜਿਹਾ ਤਰੀਕਾ ਸਵਾ ਮਹੀਨੇ ਬਾਅਦ ਸੁਚਮਤਾ ਤੇ ਪਹਿਲਾਂ ਸੁਚਮਤਾ ਸਵਾ ਮਹੀਨਾ ਵਾਲੀ ਕਿਹੜੀ ਸੁਚਮਤਾ
ਤਾਂ ਤਾਂ ਸਾਨੂੰ ਸੁੱਖ ਨਹੀਂ ਮਿਲਦੇ। ਵਿਆਹ ਸਾਡੇ ਹੁੰਦੇ 6 ਕੁ ਮਹੀਨੇ ਨਿਕਲਦੇ ਨੇ, ਫਿਰ ਅਣਬਣ ਹੋ ਜਾਂਦੇ। ਸਾਡਾ ਕਾਰਜ ਇੱਕ ਰਾਸ ਨਹੀਂ ਹੁੰਦਾ, ਕਿਉਂਕਿ ਅਸੀਂ ਸਤਿਗੁਰਾਂ ਤੋਂ ਉਲਟ ਚੱਲਦੇ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਤੇਰੇ ਘਰ ਗਿਆ, ਤੇਰੇ ਘਰ ਕਲੇਸ਼ ਕਿਉਂ ਨਹੀਂ ਖਤਮ ਹੋਇਆ? ਤੂੰ ਸਤਿਗੁਰਾਂ ਦੀ ਮੰਨੀ ਨਹੀਂ। ਬਿਨਾਂ ਨਾਮ ਤੋਂ ਸ਼ਾਂਤੀ ਨਹੀਂ ਆ ਸਕਦੀ, ਮਨ ਨੂੰ ਧੀਰਜ ਨਹੀਂ ਆ ਸਕਦਾ। ਜਿੰਨਾ ਮਰਜ਼ੀ ਭੱਜ, ਜਿੱਥੇ ਮਰਜ਼ੀ ਚਲਾ ਜਾ, ਤੇਰੇ ਘਰ ਵਿੱਚ ਸਤਿਗੁਰੂ ਰਹਿ 3 ਦਿਨ, ਤੈਨੂੰ ਤਾਂ ਰਿਸ਼ਤੇਦਾਰਾਂ ਤੋਂ ਹੈਲੋ ਹਾਏ ਦੀ ਬਸ ਛੁੱਟੀ ਨਹੀਂ ਮਿਲੀ। ਤੂੰ ਥੋੜ੍ਹਾ, ਮੈਂ ਕੋਈ ਗੱਲ ਚੱਜ ਦੀ ਸੁਣ ਲਵਾਂ। ਜਦੋਂ ਮੈਂ ਜਿਵੇਂ ਮੈਂ ਦੱਸਿਆ ਕਿ ਜਨਮ ਸਾਖੀ ਦੀ ਕਥਾ ਸੁਣੀ ਦੀ ਸੀ, ਬਾਬਾ ਜੀ ਦੀਆਂ ਜੀਵਨ ਝਲਕੀਆਂ ਸੁਣੀ ਦੀਆਂ ਸੀ, ਅਤੇ ਉਹ ਜਿਹੜੇ ਬੀਜ ਬੀਜੇ ਹੋਏ ਸੀ ਚੰਗੀ ਸਿੱਖਿਆ, ਰਾਕਸ਼ ਦੇ ਪੁੱਤ ਨੂੰ ਚੰਗੀ ਸਿੱਖਿਆ ਮਿਲ ਗਈ ਅਤੇ ਪ੍ਰਹਿਲਾਦ ਬਣ ਗਿਆ। ਰਾਕਸ਼ ਦੇ ਪੁੱਤਰ, ਰਾਕਸ਼ ਦੇ ਪੁੱਤਰ ਨੂੰ ਚੰਗੀ ਸਿੱਖਿਆ ਮਾਂ ਪੁਰਖਾਂ ਨੇ ਦੇ ਦਿੱਤੀ ਤੇ ਉਹ ਬਣ ਗਿਆ ਭਗਤ ਪ੍ਰਹਿਲਾਦ। ਭਗਤ ਪ੍ਰਹਿਲਾਦ ਬਣ ਗਿਆ ਤੇ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਨੇ ਮਾੜੀ ਸਿੱਖਿਆ ਲੈ ਲਈ, ਉਹ ਬਣ ਗਿਆ ਪ੍ਰਿਥੀ ਚੰਦ ਮੀਣਾ। ਗੁਰੂ ਘਰ ਦਾ ਤੱਕਿਆ, ਗੁਰੂਆਂ ਦਾ ਪੁੱਤ ਮਾੜੀ ਸਿੱਖਿਆ ਲੈ ਕੇ ਪਾਪੀ ਹੋ ਗਿਆ, ਦੁਸ਼ਟ ਹੋ ਗਿਆ। ਦੁਸ਼ਟਾਂ ਦਾ ਪੁੱਤਰ ਚੰਗੀ ਸਿੱਖਿਆ ਲੈ ਕੇ ਭਗਤ ਬਣ ਗਿਆ। ਸਿੱਖਿਆ ਬੜੀ ਕੰਮ ਕਰਦੀ ਹੈ, ਸਾਖੀਆਂ ਉਪਦੇਸ਼ ਬੜੇ ਕੰਮ ਕਰਦੇ ਆ, ਜੀਵਨ ਪਲਟ ਕੇ ਰੱਖ ਦਿੰਦੇ ਆ। ਜੀਵਨ ਕਾਇਆ ਪਲਟ, ਬੀਬੀ ਦਾ ਪਤੀ ਗਿਆ ਸੀ ਵਪਾਰ ਕਰਨ, ਘਰੇ ਸੀ, ਕੋਠੀ ਦੇ ਵਿੱਚ ਰਹਿੰਦੀ ਸੀ, ਰੂਪ ਰੰਗ ਬੜਾ ਸੋਹਣਾ ਸੀ। ਰਾਜੇ ਦਾ ਮਨ ਬੇਈਮਾਨ ਹੋ ਗਿਆ, ਉਹਨੇ ਸੁਨੇਹਾ ਭੇਜੇ ਵੀ ਤੂੰ ਮੇਰੇ ਮਹਿਲਾਂ 'ਚ ਆ ਕੇ ਰਾਣੀ ਬਣ ਕੇ ਰਹਿ, ਤੇਰਾ ਪਤੀ ਪਤਾ ਨਹੀਂ ਕਿੱਥੇ ਫਿਰਦਾ ਪਰਦੇਸ਼। ਰੂਪ ਰੰਗ ਦੀ ਸੋਹਣੀ ਸੀ, ਰਾਜੇ ਦਾ ਮਨ ਬੇਈਮਾਨ ਹੋ ਗਿਆ ਕਿ ਮੇਰੇ ਮਹਿਲਾਂ 'ਚ ਵਜ਼ੀਰਾਂ ਨੂੰ ਭੇਜਿਆ ਕਿ ਇਹਨੂੰ ਮੇਰੇ ਮਹਿਲਾਂ 'ਚ, ਉਹਨੇ ਕਿਹਾ ਮੈਂ ਪਤੀ ਵਾਲੀ ਹਾਂ, ਧਰਮ ਵਾਲੀ ਹਾਂ, ਅਤੇ ਮੈਂ ਰਾਜੇ ਤੋਂ ਕੀ ਲੈਣਾ, ਮੈਨੂੰ ਧਨ ਮਾਇਆ ਪਦਾਰਥ ਨਹੀਂ ਚਾਹੀਦੇ, ਮੈਂ ਤਾਂ ਪਤੀ ਵਾਲੀ, ਸ਼ਰਮ ਵਾਲੀ, ਲੱਜਾ ਵਾਲੀ, ਚੰਗੇ ਪਰਿਵਾਰ ਦੀ ਬੱਚੀ ਆ, ਉਹੋ ਜਿਹਾ ਦੀਦੀ। ਰਾਜੇ ਨੇ ਜ਼ਬਰਦਸਤੀ ਭੇਜਿਆ ਵੀ ਮੈਂ ਜਬਰੀ ਮੰਗਾ ਲਾਂਗਾ, ਤੇਰੇ ਪਤੀ ਨੂੰ ਮਰਵਾ ਦਿਆਂਗਾ, ਐਸਾ ਕੋਈ ਲਾਇਆ। ਇਹ ਬੀਬੀ ਹੈ ਸੀ ਧਰਮ ਵਾਲੀ, ਪਤੀ ਵਾਲੀ, ਤੇ ਦੂਜਾ ਸੀ ਸਾਧੂ ਸੰਗਤ ਵਾਲੀ। ਪਤੀ ਪ੍ਰਦੇਸ਼ ਗਿਆ ਸੀ ਵਪਾਰ ਕਰਨ, ਰੋਜ਼ ਝਾੜੂ ਲਾ ਆਉਂਦੀ ਸੀ, ਸੰਤਾਂ ਨੂੰ ਮੱਥਾ ਟੇਕ ਆਉਂਦੀ ਸੀ, ਸਤਸੰਗ ਸੁਣ ਲੈਂਦੀ ਸੀ। ਸਤਸੰਗ ਸੁਣਦੀ, ਅੱਜ ਰਾਜੇ ਦੇ ਸੁਨੇਹਾ ਭੇਜਣ ਦੀ, ਪਹਿਲੋਂ ਤਾਂ ਕਰੜੀ ਗਈ, ਫਿਰ ਮਨ ਡੋਲ ਗਿਆ, ਤੇ ਜਦੋਂ ਰਾਜੇ ਦੇ ਘਰ ਨੂੰ ਚੱਲੀਏ ਨਾ, ਉਧਰੋਂ ਫਿਰ ਅੜਕ ਵਿਗੜ ਤੇ ਸਾਧੂ ਰਾਖੇ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ। ਸੰਗਤ ਕਰਦੀ ਸੀ, ਕੌਤਕ ਤਾਂ ਵਰਤਣਾ ਹੀ ਸੀ, ਰਾਹ ਵਿੱਚ ਮਹਾਂਪੁਰਖ ਮਿਲ ਗਏ, ਸਾਧੂ ਮਿਲ ਗਏ। ਕਹਿਣ ਲੱਗੇ ਬੀਬਾ ਤੂੰ ਕਿੱਧਰ ਜਾ ਰਹੀ, ਤੇਰੀ ਤਾਂ